ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵਾਦਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਬਲਟੂਹਾ ਦਾ ਦਾਦੂਬਾਲ ਤੇ ਹਮਲਾ ਇਨਾ ਬਾਗੜ ਬਿਲਿਆਂ ਦੇ ਕਾਰਨ ਹੀ ਅੱਜ ਇਹ ਦਨ ਆਇਆ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਾਲੇ ਪੰਜਾਬ ਕੈਬਨਟ ਨੇ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਐਸਾ ਸੋਧ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਪਰਸਾਰਨ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਮਹੱਈਆ ਕਰਵਾਏ ਜਾ ਸਕਣਗੇ। ਹੁਣ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਲਈ ਬੈਲ ਲਿਆਂਦਾ ਗਿਆ ਹੈ। ਉਧਰੇ ਅਕਾਲੀ ਆਗੂ ਬਰਸਾ ਸੰਘਾ ਬਲਟੋਹਾ ਨੇ ਇਸ ਸਬੰਧੀ ਆਪਣੇ ਫੇਸਬੁੱਕ ਸਫੇ ਦੇ ਉੱਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਨੇ ਆਪਣੇ ਫੇਸਬੁੱਕ ਸਫੇ ਦੇ ਉੱਤੇ ਦਾਦੂਵਾਲ ਦੀਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੁਝ ਤਸਵੀਰਾਂ ਸਾਂਝੇ ਕਰਦੇ ਹੋਏ ਲਿਖਿਆ ਹੈ ਕਿ ਇਹਨਾਂ ਬਾਗੜ ਬਿੱਲਾਂ ਤੇ ਸੈਕਾ ਵਿਰੋਧੀਆਂ ਦੇ ਵੱਲੋਂ ਇੱਕ ਸਾਜ਼ਿਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰਾ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੇ ਕਰਕੇ ਹੀ ਅੱਜ ਇੱਕ ਸ਼ਰਾਬੀ ਮੁੱਖ ਮੰਤਰੀ ਦੀ ਅਗਲਾ ਗੁਨਾਹ ਭਰਿਆ ਕਦਮਾਂ ਚੁੱਕਣ ਦੀ ਜ਼ਰਤ ਪੈਦਾ ਹੋਈ ਹੈ ਇਹਨਾਂ ਨੂੰ ਇਤਿਹਾਸ ਕਦੇ ਵੀ ਮਾਫ਼ ਨਹੀਂ ਕਰੇਗਾ ਜਲੰਧਰ ਵਿੱਚ ਇਨਸਾਨੀਅਤ ਨੂੰ ਸ਼ਰਮ ਝਾੜਨ ਵਾਲੀ ਇੱਕ ਘਟਨਾ ਆਈ ਸਾਹਮਣੇ ਸਾਂ ਦੋਸਤੋ ਜਲੰਧਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮ ਝਾੜ ਕਰਨ ਵਾਲੀ ਇੱਕ ਵੱਡੀ ਘਟਨਾ ਸਾਹਮਣੇ ਆ ਦਰਸਲ ਇਥੇ ਇੱਕ 85 ਸਾਲਾ ਦਾਦੇ ਨੂੰ ਪੁੱਤ ਨੇ ਬੇਰਹਿਮੀ ਦੇ ਨਾਲ ਕੁੱਟਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤਾ ਬਜ਼ੁਰਗਾ ਕੇਵਲਾ ਕਿਸ਼ਨ ਹੈ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪੁੱਤ ਆਮਿਤ ਹੰਸਾ ਨਸ਼ੇ ਦਾ ਆਦੀ ਹੈ ਉਹ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਅਕਸਰ ਸਾਡੇ ਕੋਲੋਂ ਪੈਸੇ ਲੈਣ ਆਉਂਦਾ ਸੀ ਕੱਲ ਦੁਪਹਿਰ ਕਰੀਬ 12:30 ਕਾਰ ਆਇਆ ਤੇ ਨਸ਼ੇ ਦੇ ਲਈ ਪੈਸੇ ਮੰਗਣ ਦੀ ਮੰਗ ਕਰਨ ਲੱਗਾ ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਅਮਿਤ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਧੱਕਾ ਮਾਰ ਕੇ ਜ਼ਖਮੀ ਕਰ ਦਿੱਤਾ ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਉਹਦਾ ਕਹਿਣਾ ਹੈ ਕਿ ਜਲਦ ਹੀ ਮਲਜਮ ਪੁਲਿਸ ਦੇ ਗ੍ਰਸਤ ਵਿੱਚ ਹੋਣਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੇ ਵਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਗਵਰਨਰ ਸਾਹਿਬ ਨੇ ਮੈਨੂੰ ਕਈ ਲਵ ਲੈਟਰ ਲਿਖੇ ਹਨ ਬੇਲੇ ਹਨ ਕੋਈ ਹੋਰ ਕੰਮ ਨਹੀਂ ਤਾਂ ਚਿੱਠੀਆਂ ਲਿਖਣ ਵਾਹ ਜਾਂਦੇ ਹਨ ਮਾਨ ਤਾਂ ਦੋਸਤੋ ਵਿਧਾਨ ਸਭਾ ਦਾ ਅੱਜ ਸੈਸ਼ਨ ਚੱਲ ਰਿਹਾ ਤੇ ਗਵਰਨਰ ਦੇ ਵੱਲੋਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣ ਦੇ ਮੁੱਦੇ ਦੇ ਉੱਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਗਵਰਨਰ ਸਾਹਿਬ ਨੂੰ ਕੋਈ ਕੰਮ ਹੈ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਐਸੇ ਦੇ ਲਈ ਬੈਠੇ ਬੈਠੇ ਮੈਨੂੰ ਲਵ ਲੈਟਰ ਆ ਚਿੱਠੀਆਂ ਲਿਖਦੇ ਰਹਿੰਦੇ ਹਨ ਤੇ ਮਾਨ ਨੇ ਅੱਗੇ ਬੋਲਦਿਆਂ ਕਿਹਾ ਹੈ ਕਿ ਗਵਰਨਰ ਨੇ ਜੇਕਰ ਕੋਈ ਮੁੱਦਾ ਚੁੱਕਣਾ ਹੀ ਹੈ ਤਾਂ ਕੇਂਦਰ ਦੇ ਕੋਲ ਆਰਡੀਐਫ ਦਾ ਮੁੱਦਾ ਚੁੱਕਣਾ ਕਈ ਸਾਲਾ ਤੋਂ ਕਿਸਾਨਾਂ ਦੇ ਕੇਂਦਰ ਨੇ ਫੰਡ ਰੁਕ ਰੱਖੇ ਹੁੰਦੇ ਐਸ ਨੂੰ ਸੈਂਟਰਲ ਸਰਕਾਰ ਦੇ ਕੋਲ ਆ ਚੁੱਕਣ ਸਵੇਰੇ ਮੁੱਦਿਆਂ ਨੂੰ ਕੇਂਦਰ ਦੇ ਕੋਲ ਆ ਰੱਖਣਾ ਚਾਹੀਦਾ ਹੈ ਜੇਕਰ ਜੁਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਅੱਜ ਦੂਜਾ ਦਿਨ ਹੈ ਤੇ ਅੱਜ ਕਈ ਗੰਭੀਰ ਮੁਦੇ ਵਿਧਾਨ ਸਭਾ ਦੇ ਵਿੱਚ ਚੁੱਕੇ ਜਾ ਰਹੇ ਹਨ ਅਗਲੀ ਖਬਰ ਮੜ ਬਦਲੇਗਾ ਮੌਸਮ ਅਗਲੇ 3 ਦਿਨ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਲਰਟ ਤਾਂ ਦੋਸਤੋ ਚੱਕਰਵਾਤੇ ਤੂਫਾਨ ਬੇਪਰ ਜੋਏ ਦੇ ਚੱਲਦੇ 8 ਦਿਨ ਤੱਕ اٹਕਿਆ ਰਿਹਾ ਮੌਨਸੂਨ ਹੁਣ ਤੇਜ਼ੀ ਦੇ ਨਾਲ ਅੱਗੇ ਵਧਣ ਲੱਗਿਆ ਤੇ ਜਿਹਦੇ ਚੱਲਦਾ ਚੰਡੀਗੜ੍ਹ ਦੇ ਵਿੱਚ ਅਗਲੇ 3 ਦਿਨ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਮੌਸਮਾ ਵਿਗਿਆਨੀਆਂ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ 21 ਅਤੇ 22 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਤਹਿਤ ਦੇ ਨਾਲ ਹੀ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਗਈ ਹੈ। ਟਰੱਕ ਡਰਾਈਵਰਾਂ ਦੇ ਲਈ ਨਿਤਨਾ ਘੜਕਰੀ ਦਾ ਵੱਡਾ ਐਲਾਨ ਜਲਦ ਕੈਬਨ ਦੇ ਵਿੱਚ ਏਸੀ ਹੋਵੇਗਾ ਲਾਜ਼ਮੀ। ਤਾਂ ਦੋਸਤੋ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨਾ ਘੜਕਰੀ ਨੇ ਗਰਮੀਆਂ ਦੇ ਮੌਸਮ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਰਾਹਤ ਦਬਾਨ ਦਲੇ ਵੱਡਾ ਐਲਾਨ ਕੀਤਾ ਹੈ ਨਿਤਨਾ ਗੜਕਰੀ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਟਰੱਕ ਦੇ ਕੈਬਨ ਨੂੰ 에어 ਕੰਡੀਸ਼ਨਰ ਬਣਾਉਣ ਦਾ ਫੈਸਲਾ ਕੀਤਾ ਨਿਤਨਾ ਗੜਕਰੀ ਨੇ ਕਿਹਾ ਹੈ ਕਿ ਬਹੁਤ ਜਲਦੀ ਟਰੱਕਾਂ ਡਰਾਈਵਰਾਂ ਦੇ ਕੈਬਨਾਂ ਦੇ ਵਿੱਚ 에어 ਕੰਡੀਸ਼ਨਰ ਹੁਣਾਂ ਲਾਜ਼ਮੀ ਕਰ ਦਿੱਤਾ ਜਾਵੇਗਾ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨਾ ਗੜਕਰੀ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਡਰਾਈਵਰ ਦੀ ਸਭ ਤੋਂ ਵੱਡੀ ਭੂਮਿਕਾ ਹੈ ਭਾਰਤ ਵਿੱਚ ਟ੍ਰਾਂਸਪੋਰਟ ਸੈਕਟਰ ਦਾ ਬਾਤਮਾਤਾ ਪੂਨਾ ਯੋਗਦਾਨਾਂ ਕਿਉਂਕਿ ਭਾਰਤ ਦੀ ਆਰਥਵ ਵਿਵਸਥਾ ਤੇਜ਼ੀ ਦੇ ਨਾਲ ਵੱਧ ਰਹੀ ਆਰਥਵ ਵਿਵਸਥਾ ਦੇ ਵਿੱਚ ਇੱਕ ਅਜਿਹੇ ਵਿੱਚ ਟਰਾਂਸਪੋਰਟ ਸੈਕਟਰ ਦੇ ਵੱਲ ਖਾਸ ਧਿਆਨ ਦੇਣਾ ਲਾਜ਼ਮੀ ਹੈ ਤੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਜਹੀ ਸਥਿਤੀ ਵਿੱਚ ਟਰੱਕ ਡਰਾਈਵਰਾਂ ਦੇ ਕੰਮਕਾਜ ਹਾਲਾਤ ਅਤੇ ਸਹੂਲਤਾਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ ਜਲੰਧਰ ਯੋਗਸ਼ਾਲਾ ਦੇ ਵਿੱਚ ਬੋਲੇ ਸੀਐਮ ਪਹਿਲੇ ਮੁੱਖ ਮੰਤਰੀ ਇਦਾਂ ਦੇ ਕਿ ਕਦੇ ਦੁਪਹਿਰ 2 ਵਜੇ ਤਾ ਉਹਨਾਂ ਦੀ ਅੱਖ ਹੀ ਖੁੱਲਦੀ ਸੀ ਤਾਂ ਦੋਸਤੋ ਮੰਗਲਵਾਰ ਨੂੰ ਜਲੰਧਰ ਦੇ ਪੀਐਪੀ ਗਰਾਊਂਡ ਦੇ ਵਿੱਚ ਮੁੱਖ ਮੰਤਰੀ ਦੀ ਯੋਗਸ਼ਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਮੰਤਰੀਆਂ ਵਿਧਾਇਕਾਂ ਤੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਤੇ ਪਾਰਟੀ ਅਧਿਕਾਰੀਆਂ ਨੇ ਵੀ ਸ਼ਰਕਤ ਕੀਤੀ ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਨ ਦੇ ਲਈ ਪ੍ਰੇਰਿਤ ਕੀਤਾ ਕਰੀਬ 40 ਮਿੰਟ ਤੱਕ ਚੱਲੀ ਯੋਗਸ਼ਲਾ ਦੇ ਵਿੱਚ ਮੁੱਖ ਮੰਤਰੀ ਅਦਬਚਾਲੇ ਹੀ ਉੱਠ ਕੇ ਚਲੇ ਗਏ ਰਾਜ ਸਭਾ ਮੈਂਬਰ ਰਾਗਵ ਚੱਡਾ ਵੀ ਉਹਨਾਂ ਦੇ ਨਾਲ ਸਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਜ਼ਰੂਰੀ ਨਹੀਂ ਕਿ ਯੋਗਾ ਸਿਰਫ ਅਮਰਤ ਹੀ ਕੀਤਾ ਜਾਵੇ ਅਸੀਂ ਰੋਜ਼ਾਨਾ ਯੋਗਾ ਕਰਦੇ ਹਾਂ ਤੇ ਅਜਿਹੇ ਜੀਵਨਾਂ ਟੰਗ ਦੇ ਕਾਰਨ ਲੋਕ ਡਿਪਰੈਸ਼ਨ ਵਿੱਚ ਹੰਤੇ ਯੋਗਾ ਇਹਦਾ ਪ੍ਰਾਤਨ ਸਾਧਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਪੀਪੀ ਗਰਾਉਂਡ ਦੇ ਵਿੱਚ ਆ 15000 ਤੋਂ ਵੱਧ ਲੋਕ ਹੈ ਯੋਗਾ ਕਰ ਰਹੇ ਹਨ ਉਹ ਸਾਦੇ ਕੱਪੜਿਆਂ ਦੇ ਵਿੱਚ ਸਵੇਰੇ ਸਵੇਰੇ ਉਹਨਾਂ ਦੇ ਵਿਚਕਾਰ ਖੜੇ ਹੋਏ ਹਨ ਕੀ ਤੁਸੀਂ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇਖਿਆ ਹੈ ਐਸਾ ਸਮੇਂ ਤੱਕ ਤਾਂ ਉਹਨਾਂ ਦੀਆਂ ਅੱਖਾਂ ਵੀ ਨਹੀਂ ਖੁੱਲਦੀਆਂ ਸਨ ਰਾਤ ਤੱਕ 3 ਵਜੇ ਤੱਕ ਸੌਂਦੇ ਸੀ ਅਤੇ ਦੁਪਹਿਰ 2 ਵਜੇ ਤੱਕ ਜਾਗਦੇ ਸੀ ਅਗਲੀ ਵੱਡੀ ਖਬਰ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਖਾ ਗੁਰਦੁਆਰਾ ਸੂਧਾ ਬੈਲਾ 2023 ਪਾਸ ਅਕਾਲੀ ਦਲ ਨੇ ਕੀਤਾ ਵਿਰੋਧ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੈਖਾ ਗੁਰਦੁਆਰਾ ਸੂਧਾ ਬੈਲਾ 2023 ਪੇਸ਼ ਕੀਤਾ ਗਿਆ ਜੱਸ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰ ਚਰਚਾ ਹੁਣ ਮਗਰੋਂ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 21 ਜੁਲਾਈ ਤੋਂ ਬਾਅਦ ਜਿਹੜਾ ਮਰਜ਼ੇ ਚੈਨਲ ਲਗਾ ਲਓ ਗੁਰਬਾਣੀ ਮੁਫਤ ਸਾਨੂੰ ਮਿਲੇਗੀ ਤੇ ਬੈਲ ਤੇ ਚਰਚਾ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਹੱਕ 11 ਸਾਲ ਤੋਂ ਇੱਕ ਹੀ ਚੈਨਲ ਨੂੰ ਦਿੱਤਾ ਗਿਆ ਸੀ ਪਾਰ ਗੁਰਬਾਣੀ ਪ੍ਰਸਾਰਨ ਮੁਫਤ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸੰਵਿਧਾਨ ਦੇ ਮੁਤਾਬਕ ਹੀ ਕੰਮ ਕਰ ਰਹੇ ਹਾਂ ਗੁਰਬਾਣੀ ਸਰਬ ਸੰਜਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੋਰ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਨ ਦਾ ਹੱਕ ਕਿਉਂ ਨਹੀਂ ਦਿੱਤਾ ਜ਼ਥੇਦਾਰ ਦੇ ਹੁਕਮਾਂ ਦੇ ਬਾਵਜੂਦ ਐਜੇਪੀਐਸਡਾ ਚੈਨਲ ਨਹੀਂ ਬਣਾਇਆ ਗਿਆ ਪਰ ਭਗਵੰਤ ਮਾਨ ਦੇ ਇਸ ਬਿੱਲ ਦਾ ਅਕਾਲੀ ਦਲ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਕਸਤਾਨਾ ਦੇ ਲਈ ਵਧੀਆ ਸਕੀਮਾਂ ਲਾਭ ਲੈਣ ਦੇ ਲਈ 25 ਜੂਨ ਤੱਕ ਰਜਿਸਟ੍ਰੇਸ਼ਨਾ ਜ਼ਰੂਰੀਤਾ ਦੋਸਤੋ ਜੇਕਰ ਅਸੀਂ ਝੋਨੇ ਦੇ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੇ ਰੋਪਣ ਦੇ ਕਾਰਨ ਜ਼ਮੀਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਅਤੇ ਇਸ ਦੇ ਨਤੀਜੇ ਵਜੋਂ ਉਪਰੀ ਜ਼ਮੀਨਾਂ ਤੇ ਫਸਲ ਨੂੰ ਨੁਕਸਾਨ ਹੁੰਦਾ ਹੈ ਤੇ ਖੇਤੀਬਾੜੀ ਮਾਹਿਰਾਂ ਦੇ ਮੁਤਾਬਕ ਝੋਨੇ ਦੀ ਸਿੱਧੀ ਬਜਾਈ ਦੇ ਨਾਲ ਪਨੇਰੀਆ ਤੇ ਕਦੂ ਕਰਨ ਦਾ ਕੰਮ ਆ ਤੇ ਮਿੱਟੀ ਦਾ ਨੁਕਸਾਨ ਘਟ ਜਾਂਦਾ ਹੈ ਅਜਿਹੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਸਿੱਧੀ ਬਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਕਿਸਾਨਾਂ ਨੂੰ ਬਾਦ ਤੋਂ ਬਾਦ ਸਹੂਲਤਾ ਦੇਣ ਦੇ ਲਈ ਜੰਗੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਤੇ ਇਸੇ ਲੜੇ ਨੂੰ ਅੱਗੇ ਤੋਰਦਿਆ ਪੰਜਾਬ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧੇ ਤਕਨੀਕੀ ਜਾਣਕਾਰੀ ਦੇ ਰਹੇ ਹਨ ਤੇ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਜਾਗਰੂਕ ਬੀ ਕਰ ਰਹੇ ਹਾਂ ਤੇ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ ਪ੍ਰਤੀ ਸ਼ਾਹਨਾ ਰਾਸ਼ਟਰੀ ਬਜਟ ਦੇ ਦਿੱਤੀ ਜਾ ਰਹੀ ਹੈ ਤੇ ਹੱਦੇ ਲਈ agrimachinery.pv.com ਤੇ 25 ਜੂਨ ਤੱਕ ਅਰੈਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਪੰਜਾਬ ਯੂਨੀਵਰਸਿਟੀ ਜਾਂ ਲਾ ਸੋਦਾ ਬੈਲ 2023 ਪਾਸ। ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਬੈਚ ਲਾ ਸੋਦਾ ਬੈਲ 2023 ਪੇਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ਾਸਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੇਸ਼ ਕੀਤਾ ਗਿਆ ਗੁਰਦੁਆਰਾ ਐਕਟ 1925 ਸੋਧ ਬੈਲ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਪਿੰਡੂ ਵਿਕਾਸ ਫੰਡ ਆਰਡੀਪਾ ਜਾਰੀ ਨਾ ਕਰਨ ਤੇ ਕੇਂਦਰ ਸਰਕਾਰ ਦੇ ਵਿਰੋਧਾ ਮਤਾ ਪਾਸ ਕੀਤਾ ਗਿਆ ਸੀ ਡੀਪੂ ਹੋਲਡਰ ਦੇ ਵੱਲ ਸਰਕਾਰੀ ਰਾਸ਼ਨ ਬਾਜ਼ਾਰ ਦੇ ਵਿੱਚ ਵੇਚਣ ਦਾ ਮਾਮਲਾ ਆਇਆ ਸਾਹਮਣੇ ਤਾਂ ਦੋਸਤੋ ਫਰੀਦাবাদ ਜ਼ਿਲ੍ਹੇ ਦੇ ਵਿੱਚ ਡਿਪੂ ਹੋਲਡਰ ਬਾਜ਼ਾਰ ਦੇ ਵਿੱਚ ਸਰਕਾਰੀ ਰਸਟਨਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰ ਦੇ ਮੁਤਾਬਕ ਫਰੀਦাবাদ ਦੇ ਡਿਪੂ ਹੋਲਡਰ ਨੋਬਤ ਸੰਗਨੇ ਖੋਦਾ ਮੰਡੀ ਦੇ ਵਿੱਚ ਗਰੀਬਾਂ ਨੂੰ ਵੰਡਣ ਦੇ ਲਈ ਆਈ ਕਣਕ ਨੂੰ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚ ਦਿੱਤਾ ਹੁਣ ਡਿਪੂ ਹੋਲਡਰ ਦਾ ਕਹਿਣਾ ਹੈ ਕਿ ਉਹ ਮੰਡੀ ਦੇ ਵਿੱਚੋਂ ਕਣਕ ਖਰੀਦ ਕੇ ਵਾਪਸ ਕਾਰਡ ਧਾਰਕਾਂ ਨੂੰ ਵੰਡ ਦੇਣਗੇ ਅਗਲੀ ਵੱਡੀ ਖਬਰ ਸੋਨਾ ਕਿਰੀਦਨ ਦਾ ਸੁਨਹਿਰੀ ਮੌਕਾ ਕੀਮਤਾਂ ਦੇ ਵਿੱਚ ਆਈ ਭਾਰੀ ਗਰਾਵਟ ਜਾਣੋ ਪੰਜਾਬ ਦੇ ਵਿੱਚ ਨਵੇਂ ਰੇਟ ਤਾਂ ਦੋਸਤੋ ਭਾਰਤੀ ਸਰਾਫਾ ਬਾਜ਼ਾਰ ਦੇ ਵਿੱਚ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਦੇਖੀ ਗਈ ਮਲਟੀ ਕਾਮੋਡੀਟੀ ਐਕਸਚੇਂਜ ਅਤੇ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 5570 ਰੁਪਏ ਤੇ ਪਿਛਲੇ ਦਿਨ ਇਹ ਕੀਮਤ 55100 ਰੁਪਏ ਸੀ ਜਾਣੇ ਕਿ ਅੱਜ ਸੋਨਾ ਤਿਰ ਰੁਪਏ ਸਸਤਾ ਹੋ ਗਿਆ ਤੇ ਅੱਜ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ 60070 ਰੁਪਏ ਹੈ ਪਿਛਲੇ ਦਿਨ ਇਹ ਕੀਮਤ 60110 ਰੁਪਏ ਸੀ ਜਾਨੀ ਕਿ ਅੱਜ ਸੋਨੇ ਦੀ ਕੀਮਤ ਵਿੱਚ 40 ਰੁਪਏ ਦੀ ਕਮੀ ਆਈ ਹੈ ਜਦਕਿ ਚਾਂਦੀ ਦੀਆਂ ਕੀਮਤਾਂ ਸਥਿਰ ਹਨ ਪੰਜਾਬ ਦੇ ਆਪਸਰਾ ਮਲਾਜਮਾਂ ਦੇ ਲਈ ਖੁਸ਼ਖਬਰੀ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਫ੍ਰੀ ਕੀਤਾ ਟੋਲ ਤਾਂ ਦੋਸਤੋ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਪੰਜਾਬ ਸਰਕਾਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਟੋਲ ਫਰੀ ਕਰ ਦਿੱਤਾ ਹੈ ਸਰਕਾਰ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਹੈ ਕਿ ਕਾਰਜਕਾਰੀ ਇੰਜੀਨੀਅਰ ਐਸ ਡੀਓ ਜੇਈ ਪਟਵਾਰੀ ਜ਼ਿਲ੍ਹਾ ਕਲੈਕਟਰ ਡੈਪਟੀ ਕਲੈਕਟਰ ਜਲ ਸਰੂਤਾ ਨੂੰ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ ਇਹਨਾਂ ਸਾਰਿਆਂ ਨੂੰ ਡਿਊਟੀ ਦੇ ਦੌਰਾਨ ਨੈਸ਼ਨਲ ਹਾਈਵੇ ਤੇ ਹਰ ਤਰ੍ਹਾਂ ਦੇ ਟੋਲ ਟੈਕਸ ਤੋਂ ਛੋਟ ਆ ਦਿੱਤੀ ਗਈ ਹੈ ਜਾਲਾ ਸੰਸਾਧਨ ਵਿਭਾਗ ਦੇ ਪ੍ਰਮੁੱਖ ਅਸਕਤਰ ਦੇ ਵੱਲੋਂ ਇਸ ਬਾਰੇ ਹਰਿਆਣਾ ਦੇ ਪੰਚਕੋਲਾ ਸਥਿਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਖੇਤਰੀ ਦਫ਼ਤਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਉਹਨਾਂ ਸਾਰੇ ਅਧਿਕਾਰੀਆਂ ਨੇ ਆਪਣੇ ਪੱਤਰ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੀ ਸ਼੍ਰੇਣੀ ਬਾਰੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨੂੰ ਛੂਟ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਆਰਡੀਐਫ ਤੇ ਕੇਂਦਰ ਦੇ ਵਿਰੋਧਾ ਮਤਾ ਪਾਸ ਸਿਮਾਨੇ ਸੁਪਰੀਮ ਕੋਰਟ ਵਿੱਚ ਜਾਨ ਦੇ ਦਿੱਤੀ ਚਤਾਵਨੀ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ ਤੇ ਅਸ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪਿੰਡੂ ਵਿਕਾਸ ਫੰਡ ਆਰਡੀਐਫਾ ਜਾਰੀ ਨਾ ਕਰਨ ਖਿਲਾਫ ਮਤਾ ਪਾਸ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ 622 ਕਰੋੜ ਰੁਪਏ ਦਾ ਆਰਡੀਐਫਾ ਜਲਦ ਜਾਰੀ ਕਰਨ ਦੀ ਚੇਤਾਵਨੀ ਦਿੱਤੀ ਹੈ ਨਹੀਂ ਤਾਂ 1 ਜੁਲਾਈ ਨੂੰ ਸੁਪਰੀਮ ਕੋਰਟ ਕੋਲ ਰਿਆ ਤੇਸ ਤੋਂ ਬਾਅਦ ਹਣ ਸਖੋ ਗੁਰਦੁਆਰਾ ਪ੍ਰਬੰਧਕ ਐਕਟ 1925 ਸੌਦਾ ਬੈਲਨੂਬੇ ਪੇਸ਼ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਰੀ ਨੇ ਇਸ ਦਾ ਵਿਰੋਧ ਕੀਤਾ ਹੈ